ਨਹੀਂ ਸੀ ਰਹਿੰਦਾ ਜੋ ਮੈਨੂੰ ਇੱਥੇ ਦੱਸਿਆ ਇਹਨਾਂ ਨੇ। ਉਹ ਕਦੇ ਕਦੇ ਇੱਥੇ ਨਾਲ ਆਉਂਦਾ ਸੀ ਅਤੇ ਉਹ ਰਹਿੰਦਾ ਸੀ। ਜਿਸ ਤਰ੍ਹਾਂ ਨਾ ਕੱਲ੍ਹ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅੰਮ੍ਰਿਤਪਾਲ ਨੇ, ਅਤੇ ਉਹ ਕੱਲ੍ਹ ਗ੍ਰਹਿ ਵੀ ਕਰਾਉਂਦਾ ਰਿਹਾ ਨਾਲ, ਅੱਗੇ ਵੀ ਆਣ ਕੇ ਰਹਿੰਦਾ ਰਿਹਾ ਇੱਥੇ। ਸੋ ਮੈਂ ਸਮਝਦਾ ਹੈ ਕਿ ਕਿਸੇ ਨੇ ਜਦੋਂ ਕਿਸੇ ਕੋਈ ਰੜਕਦਾ ਹੋਵੇ ਨਾ ਕਿਸੇ ਦੀ ਕੋਈ ਨਿਗਾਹ 'ਚ, ਭਾਵੇਂ ਕਿਸੇ ਲੈਵਲ 'ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕਾਰਨ ਹੋ ਸਕਦੇ ਆ, ਅਤੇ ਉਹ ਫਿਰ ਨਾਲ ਦੇ ਬੰਦੇ ਨੂੰ ਖਰੀਦ ਕੇ ਹੀ ਉਹਨੂੰ ਮਰਵਾ ਦਿੰਦੇ ਹੁੰਦੇ ਆ। ਮੇਰੇ ਮੈਂ ਮੈਨੂੰ 100% ਲੱਗਦਾ, ਕਿਉਂਕਿ ਮੇਰਾ ਬੜਾ ਤਜਰਬਾ, ਕਿਉਂਕਿ ਨਿੱਕੀ ਮੋਟੀ ਗੱਲ ਤੋਂ ਕੋਈ ਕਿਸੇ ਨੂੰ ਮਾਰ ਨਹੀਂ ਆਉਂਦਾ ਹੁੰਦਾ, ਨਿੱਕੀ ਮੋਟੀ ਗੱਲ ਤੋਂ ਨਹੀਂ ਕੋਈ ਕਿਸੇ ਨੂੰ ਮਾਰਦਾ ਐਵੇਂ, ਇੱਕ ਦੂਜੇ ਨਾਲ ਮਾੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ। ਅਤੇ ਅੱਜ ਕੱਲ੍ਹ ਚਲੋ ਇਹ ਵੀ ਗੱਲ ਹੈਗੀ ਆ, ਕਿਸੇ ਨੂੰ ਰਾਹ ਨਾ ਉਹਨਾਂ ਦੇ ਉਹ ਸੜਕ ਤੋਂ, ਅਤੇ ਉਹ ਵੀ ਡੇਲੇ ਘੜ ਘੜ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ, ਪੇਸ਼ੈਂਸ ਖਤਮ ਹੋ ਗਈ ਆ ਖਾਸ ਕਰਕੇ ਨੌਜਵਾਨੀ ਦੀ। ਵਿਸ਼ਵਾਸ ਤਾਂ ਜੇ ਨਾਲ ਦਾ ਹੀ ਮਾਰਦੇ, ਕਹਿੰਦਾ ਨਾਲ ਦਾ ਬੰਦਾ ਹੀ ਮਾਰਦੇ, ਤਾਂ ਉਦੋਂ ਵੱਡਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ। ਮੈਂ ਸਮਝਦਾ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ, ਨਾਲ ਗੜਬਈ ਰਹਿ ਕੇ ਜਾਂ ਸੇਵਾਦਾਰ ਰਹਿ ਕੇ ਉਹ ਹੀ ਮਾਰ ਦਿੰਦੇ, ਤਾਂ ਇਹ ਤੋਂ ਵੱਡਾ ਹੋਰ ਵਿਸ਼ਵਾਸਘਾਤ ਕੀ ਹੋ ਸਕਦਾ। ਮੈਂ ਬਿਲਕੁਲ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹਦਾ ਜਿੰਨਾ ਚਿਰ ਫੜੋਗੇ ਨਾ ਉਨਾ ਚਿਰ ਅਸੀਂ ਸੰਸਕਾਰ ਨਹੀਂ ਗਾ ਕਰਨਾ, ਕਿਉਂਕਿ ਬੰਦਿਆਂ ਦਾ ਤਾਂ ਪਤਾ ਹੀ ਆ, ਬੰਦਾ ਤਾਂ ਵਿੱਚ ਕਈ ਵਾਰ ਹੁੰਦਾ ਵੀ ਪਤਾ ਨਹੀਂ ਲੱਗਦਾ ਵੀ ਫਲਾਣਾ ਮਰ ਗਿਆ ਫਲਾਣਾ ਮਰ ਗਿਆ। ਉਹ ਤਰ੍ਹਾਂ ਪੁਲਿਸ ਨੇ ਜੋ ਹੁਣ ਤੱਕ ਦੀ ਕਾਰਵਾਈ ਕੀਤੀ ਉਹ ਸੈਟਿਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ, ਕਿਉਂਕਿ ਰਾਤ ਹੀ ਇੱਥੇ ਆਣ ਕੇ ਬੈਠੇ ਰਹੇ ਆ, ਅਤੇ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋਈ ਢਿੱਲ ਨਹੀਂ ਹੈਗੀ, ਪਰ ਇਹਦੇ ਬਾਵਜੂਦ ਵੀ ਅਸੀਂ ਉਹਦੀ ਡਿੰਘਾਈ ਤੱਕ ਜਾਣਾ ਚਾਹੁੰਦੇ ਹਾਂ ਵੀ ਉਹਨੂੰ ਮਾਰਿਆ ਅਤੇ ਮਾਰਿਆ ਕਿਉਂ। ਨਹੀਂ ਮੇਰੇ ਨਾਲ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜਿਹੀ। ਔਰ ਉੱਥੇ ਜਦੋਂ ਸੰਤਾਂ ਦਾ ਮੇਲਾ ਹੁੰਦਾ ਸੀ ਨਾ ਪੂਰੇ ਸੰਤ ਕਰਤਾਰ ਸਿੰਘ ਖਾਲਸਾ ਪਿੰਡ ਮੇਰੇ ਪਿਤਾ ਜੀ ਦਾ, ਉੱਥੇ ਜਾ ਕੇ ਮੇਰੇ ਨਾਲ ਮੁੰਡੇ ਨਾਲ ਮੋਢਾ ਡਾ ਕੇ ਖਲੋਂਦਾ ਰਿਹਾ। ਭਾਵੇਂ ਭਾਈ ਅਮਰੀਕ ਸਿੰਘ ਦਾ ਮੇਲਾ ਹੁੰਦਾ ਸੀ ਚਾਹੇ ਸੰਤ ਜਰਨੈਲ ਸਿੰਘ ਦਾ, ਮੈਂ ਮਨਾਉਂਦਾ, ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ। ਅਤੇ ਹਰ ਸਾਲ ਕਈ ਵਾਰਾਂ ਜਿਵੇਂ ਮੈਂ ਆਖਣਾ ਵੀ ਐਤਕੀ ਇਹ ਛੋਟਾ ਮੇਲਾ ਰਹਿਣ ਦੀ, ਉਹਨੇ ਕਹਿਣਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਅਤੇ ਆਪਾਂ ਭਾਈ ਸਾਹਿਬ ਮਨਾਈਏ ਜ਼ਰੂਰ, ਕੁਰਬਾਨੀ ਬੜੀ ਹੈ ਤੁਹਾਡੇ ਪਰਿਵਾਰ ਦੀ, ਠੀਕ ਹੈ ਨਾ, ਹੈ ਤਾਂ ਕੌਮ ਦਾ ਫਰਜ਼ ਬਣਦਾ ਹੈ ਮਨਾਉਣ ਦਾ। ਤਾਂ ਕਹਿੰਦਾ ਕਈ ਵਾਰ ਭੁੱਲ ਜਾਂਦੇ ਆ ਲੋਕ। ਸੋ ਮੈਂ ਸਮਝਦਾ ਮੇਰੀ ਸੱਜੀ ਬਾਂਹ ਭੱਜਣ ਵਾਲੀ ਗੱਲ ਹੋਈ ਆ। ਮਹਾਰਾਜ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ, ਬਹੁਤ ਮਾੜੀ ਗੱਲ ਕਰਕੇ ਚੇਲਾ ਨਾਲ ਆਉਂਦਾ ਹੀ ਚੱਲ ਜਾਂਦਾ, ਆਉਂਦਾ ਹੀ ਚੱਲ ਜਾਂਦਾ ਜੀ, ਬਹੁਤ ਮਾੜੀ ਗੱਲ ਹੋਈ ਹੈ ਜੀ। ਉਹ ਟਾਈਮ ਤਾਂ ਸਵਾਸ ਹੈ ਨਹੀਂ ਜਦੋਂ ਇਹ ਆਏ, ਅਸੀਂ 15-20 ਮਿੰਟ ਦੇ ਵਿੱਚ ਹੀ ਆ ਗਏ, ਸਵਾਸ ਹੈ ਨਹੀਂ, ਸਵਾਸ ਛੱਡ ਗਏ, ਇਹ ਖੰਜਰ ਜਾਪਦਾ ਜੀ। ਇੱਕ ਪੇਟ ਲੈ ਗਿਆ ਜੀ, ਘੁਮਾਇਆ ਉਹਨਾਂ ਦੀ ਲੈ ਕੇ ਗਿਆ ਜੀ। ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਜੀ ਮਹਾਰਾਜ, ਇਹਦਾ ਸਾਨੂੰ ਨਿਸ਼ਾਨ ਮਿਲਣਾ ਚਾਹੀਦਾ ਜੀ। ਤਕਰੀਬਨ 17-18 ਸਾਲ ਦੀ ਜਾਪਦੀ ਹੈ ਜੀ, ਇਹ ਕਾਦੀਆਂ ਏਰੀਏ ਦਾ ਜੀ, ਕਦੀ ਆ ਜਾਂਦਾ ਕਦੀ ਚੱਲ ਜਾਂਦਾ ਜੀ।